डिप्टी कमिश्नर साहब दफ्तर तो थोड़ा जा बाहर निकल के ग्राउंड रियलिटी के उत्ते आओ कि 76 मरीज जिहड़े आ वो बीमार हुए सी और जो 66 ठीक होकर घर आ गए। आ स्टेटमेंट है इन्हां दी ऑन रिकॉर्ड कि जिहड़े लोग बीमार होए बीमार होके ठीक हो गए जिन्होंने अपने खर्च के उत्ते इलाज कराया उन्होंने पैसे वापस करवाए जाण। जिहड़े लोग बीमारी नाल हजे भी जूझ रहे आ जिन्हों का इलाज चल रहा उन्हों का खर्च जिहड़ा आ सरकार करे। बई आ 200 के करीब तो अंकड़ा थानू दे चले हाँ तुसी कहिंदे सी 76। कौन नैगलीजेंसी कर रहा कौन नलैकी छुपाउण की कोशिश कर रहा यह भी एक जांच का विषय है। मौत हो गई जिन्हां दी उन्हां परिवारां नूं घट्टो घट 10 लाख रुपया मुआवजा दिता जाए। बीते दिन फगवाड़े दे शिवपुरी शाम नगर ते पीपा रंगी च गंदे पानी पीण नाल भयानक बीमारी दा खतरा लगातार मंडरा रहा सी जिस कारण काफी लोग लगातार बीमारी दी चपेट च आ गए सन ते हले भी यह सिलसिला जारी है जिन्हां विचों कईयां दा इलाज हो चुकिया है ते कई हस्पतालां च इलाज करवा रहे ने जिस दे संबंध च लोक इंसाफ पार्टी दे नेता जरनैल नंगल मंग पत्र लै के एक बार फिर ADC कोल पहुंचे ने जिस संबंधी गलबात करदे होए नंगल ने कहा कि बीते दिन इन्हां इलाकियां च गंदे पानी कारण कई घरां च मौतां हो गईयां कईयां दे तां साग संबंधी हले भी जेरे इलाज ने ते फगवाड़े नगर निगम दे अधिकारियां ने यह रिपोर्ट पेश कीती कि कुल 76 लोग बीमार होए सन जिन्हां चों 66 लोग ठीक होके घर परत चुके ने पर जदों असल सच्चाई जानी गई तां पता चलिया कि कुल 200 लोग इस भयानक बीमारी दा शिकार होए ने जिन्हां चों कई लोग हले भी बीमार चल रहे ने। उन्हां कहा कि अंकड़ियां च इन्ना ज्यादा फर्क रखना जां तां किसी दी चाल है जां तां अधिकारी अणगहली करके सही रिपोर्ट सामने नहीं लियाना चाहते इसलिए अज ADC नूं प्रूफ समेत मंग पत्र दिता गया है। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਇਲਾਜ ਦੇ ਪੈਸੇ ਵੀ ਮਿਲਣੇ ਚਾਹੀਦੇ ਨੇ। ਅੱਜ ਅਸੀਂ ਮਾਨਯੋਗ ਕਮਿਸ਼ਨਰ ਨਗਰ ਨਿਗਮ ਉਹਨਾਂ ਨੂੰ ਅੱਜ ਮਿਲੇ ਹਾਂ। ਮਾਮਲਾ ਸੀਗਾ ਜਿਹੜਾ ਸ਼ੇਪੁਰੀ ਸ਼ਾਮ ਨਗਰ ਪੀਪਾ ਰੰਗੀ ਓਂਕਾਰ ਨਗਰ ਦੇ ਵਿੱਚ ਗੰਦਾ ਪਾਣੀ ਪੀਣ ਦੇ ਨਾਲ ਬਿਮਾਰ ਹੋਏ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਕਈਆਂ ਦਾ ਜਾਨੀ ਨੁਕਸਾਨ ਹੋਇਆ ਕਈ ਬਿਮਾਰ ਹੋਏ ਠੀਕ ਹੋ ਗਏ ਕਈ ਅਜੇ ਵੀ ਬਿਮਾਰੀ ਨਾਲ ਜੂਝ ਰਹੇ ਆ ਜੇਰੇ ਇਲਾਜ ਨੇ ਉਹਨਾਂ ਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਨੀਂਦ ਤੋਂ ਜਗਾਉਣ ਲਈ ਪਹਿਲਾਂ ਇੱਕ ਦਿਨ ADC ਸਾਹਿਬ ਦੇ ਇਹਨਾਂ ਦੇ ਕਮਿਸ਼ਨ ਸਾਹਿਬ ਦੇ ਦਫ਼ਤਰ ਦੇ ਬਾਹਰ ਵੀ ਬੈਠੇ ਸੀ ਉਸ ਦਿਨ ਤੁਸੀਂ ਸਾਰਿਆਂ ਨੇ ਦੇਖਿਆ। ਉਸ ਤੋਂ ਬਾਅਦ 'ਚ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਇਹਨਾਂ ਨੇ ਆਪਣੀਆਂ ਟੀਮਾਂ ਲੈ ਕੇ ਮੁਹੱਲਿਆਂ ਦਾ ਦੌਰਾ ਕੀਤਾ ਅਤੇ ਇੱਕ ਸਟੇਟਮੈਂਟ ਮੈਨੂੰ ਹੈਰਾਨ ਕਰਨ ਵਾਲੀ ਮੇਰੇ ਸਾਹਮਣੇ ਆਈ ਔਰ ਉਹ ਸਟੇਟਮੈਂਟ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਇਹਨਾਂ ਦੀ ਸਟੇਟਮੈਂਟ ਉਸੇ ਦਿਨ ਦੀ ਜਿਸ ਦਿਨ ਅਸੀਂ ਇਹਨਾਂ ਦੇ ਦਫ਼ਤਰ ਦਾ ਘਿਰਾਓ ਕੀਤਾ ਤਾਂ ਇੱਕ ਸਟੇਟਮੈਂਟ ਆਉਂਦੀ ਆ ਕਿ 76 ਮਰੀਜ਼ ਜਿਹੜੇ ਆ ਉਹ ਬਿਮਾਰ ਹੋਏ ਸੀ ਔਰ ਜੋ 66 ਠੀਕ ਹੋ ਕੇ ਘਰ ਆ ਗਏ। ਆ ਸਟੇਟਮੈਂਟ ਹੈ ਇਹਨਾਂ ਦੀ ਔਨ ਰਿਕਾਰਡ ਇਹਦੇ ਵਿੱਚ ਕਮਿਸ਼ਨਰ ਸਾਹਿਬ ਦਿਖਾਈ ਦੇ ਰਹੇ ਆ ਤੋ ਮੈਂ ਅੱਜ ਆਇਆ ਅਤੇ ਅਸੀਂ 2 ਦਿਨ ਉੱਥੇ ਮੁਹੱਲੇ ਦੇ ਵਿੱਚ ਘੁੰਮੇ ਔਰ ਉੱਥੇ ਅੱਜ ਅਸੀਂ ਤਕਰੀਬਨ 200 ਮਰੀਜ਼ਾਂ ਦਾ ਅੰਕੜਾ ਜਿਹੜਾ ਇਹਨਾਂ ਨੂੰ ਦੇ ਕੇ ਹਟੇ ਹਾਂ ਜਿਹੜੇ ਮਰੀਜ਼ ਬਿਮਾਰ ਹੋਏ ਕਈਆਂ ਦਾ ਇਲਾਜ ਹਜੇ ਚੱਲ ਰਿਹਾ ਕਈ ਠੀਕ ਹੋ ਕੇ ਘਰ ਆ ਗਏ ਆ ਜਿਨ੍ਹਾਂ ਨੇ ਕਈਆਂ ਨੇ ਸਰਕਾਰੀ ਹਸਪਤਾਲ 'ਚ ਕਈਆਂ ਨੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਕਈਆਂ ਨੇ ਮੁਹੱਲੇ ਦੇ ਕਲੀਨਿਕਾਂ ਦੇ ਕੋਲੋਂ ਦਵਾਈਆਂ ਲੈ ਕੇ ਆਪਣਾ ਇਲਾਜ ਕਰਵਾਇਆ ਆਪਣੇ ਖਰਚੇ ਦੇ ਉੱਤੇ ਉਹਨਾਂ ਦੀਆਂ ਬਿੱਲ ਪਰਚੀਆਂ ਕੋਈ ਹਸਪੀਟਲ ਦਾ ਬਿੱਲ ਹੈ ਕੋਈ ਦਵਾਈਆਂ ਦੀ ਪਰਚੀ ਹੈ ਕੋਈ ਟੈਸਟ ਰਿਪੋਰਟ ਹੈਗੀ ਆ ਉਹਦਾ ਬਿੱਲ ਹੈਗਾ ਉਹ ਸਾਰਾ ਅਸੀਂ ਨਾਲ ਲਗਾ ਕੇ ਉਹਨਾਂ ਮਰੀਜ਼ਾਂ ਦੇ ਆਧਾਰ ਕਾਰਡ ਦੀ ਫੋਟੋਕਾਪੀ ਔਰ ਨਾਲ ਟੈਲੀਫੋਨ ਬਿੱਲ ਜਿਹੜਾ ਨੰਬਰ ਲਗਾ ਕੇ ਇਹਨਾਂ ਨੂੰ ਦਿੱਤਾ ਹੈਗਾ। ਬਈ ਆਹ 200 ਦੇ ਕਰੀਬ ਤਾਂ ਅੰਕੜਾ ਤੁਹਾਨੂੰ ਦੇ ਚੱਲੇ ਹਾਂ ਤੁਸੀਂ ਕਹਿੰਦੇ ਸੀ 76 ਅਤੇ ਅਸੀਂ 200 ਦੇ ਚੱਲੇ ਹਾਂ ਹਜੇ ਹੋਰ ਨਿਕਲ ਰਹੇ ਆ ਇਹਦਾ ਮਤਲਬ ਐਡਾ ਵੱਡਾ ਜਿਹੜਾ ਅੰਕੜੇ ਦੇ ਵਿੱਚ ਫਰਕ ਹੈਗਾ ਇਹ ਹੁਣ ਕੌਣ ਨੈਗਲੀਜੈਂਸੀ ਕਰ ਰਿਹਾ ਕੌਣ ਨਲੈਕੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਵੀ ਇੱਕ ਜਾਂਚ ਦਾ ਵਿਸ਼ੇ ਹੈ। ਮੈਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਤੁਹਾਡੇ ਮਾਧਿਅਮ ਤੋਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਡਿਪਟੀ ਕਮਿਸ਼ਨਰ ਸਾਹਿਬ ਦਫ਼ਤਰ ਤੋਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਗਰਾਊਂਡ ਰਿਐਲਿਟੀ ਦੇ ਉੱਤੇ ਆਓ। ਐ ਨਾ ਹੋਵੇ ਕਿ ਤੁਸੀਂ ਦਫ਼ਤਰ ਦੇ ਵਿੱਚ ਬੈਠੇ ਹੀ ਜਿਹੜਾ ਆ ਉਹ ਅਫਸਰਾਂ ਨੂੰ ਕਹੀ ਜਾਓ ਵੀ ਕੋਈ ਨਹੀਂ ਹੋ ਗਿਆ ਆਸ਼ਵਾਸਨ ਗੱਲਾਂ ਦੇ ਨਾਲ ਕੁਛ ਨਹੀਂ ਹੋਣਾ। ਆ ਕੱਲ੍ਹ ਪਰਸੋਂ ਨੂੰ ਦਿਵਾਲੀ ਦਾ ਤਿਉਹਾਰ ਆ ਦੇਸ਼ ਦੇ ਲੋਕ ਜਿਹੜੇ ਆ ਤਿਉਹਾਰਾਂ ਨੂੰ ਉਡੀਕਦੇ ਆ ਸਾਡੇ ਦੇਸ਼ ਦੀ ਇੱਕ ਖਾਸੀਅਤ ਹੈ ਕਿ ਇੱਥੇ ਤਿਉਹਾਰ ਕੋਈ ਵੀ ਹੋਵੇ ਸਾਰੇ ਸਮਾਜ ਰਲ ਮਿਲ ਕੇ ਮਨਾਉਂਦਾ ਲੇਕਿਨ ਉਹਨਾਂ ਲੋਕਾਂ ਦੀ ਦਿਵਾਲੀ ਕਿੱਥੇ ਗਈ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ 4-4 ਮਰੀਜ਼ ਸੀਗੇ ਜਿਨ੍ਹਾਂ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਹੋ ਗਏ ਜਿਨ੍ਹਾਂ ਲੋਕਾਂ ਨੇ ਕੋਲ ਜੋ ਮਾੜੀ ਮੋਟੀ ਦਿਵਾਲੀ ਦੀ ਬੱਚਤ ਕੀਤੀ ਹੋਈ ਸੀ ਉਹ ਸਾਰੀ ਦੇ ਵਿੱਚ ਲੱਗ ਗਈ
वो घट्टो घट उन्होंने बारे भी सोच लो। इस करके असी अज इन्हों विद प्रूफ जिहड़ा आ करीब 200 मरीजों का अंकड़ा दे आए हैं। हुण बाकी मरीजों का अंकड़ा जिहड़ा हैगा असी आ 2-3 दिन तो बाद दिवाली दे आ 2-4 छुट्टियां जिहड़ियां हैगियां इह निकल गईआं, बाकी अंकड़ा फिर देवांगे। असी उदां डिमांड कीती सी कि जिहड़े लोग बीमार हो के ठीक हो गए, जिन्हां ने अपने खर्च के उत्ते इलाज कराया, उन्हां दे पैसे वापस करवाए जाण, इह अंकड़ा उन्हां दा आ। और दूसरा नाल सी क्या वी जिहड़े लोग बीमारी नाल हजे भी जूझ रहे आ, जिन्हां दा इलाज चल रहा, उन्हां दा खर्च जिहड़ा आ उह सरकार करे, उन्हां दा इलाज सरकारी खर्च ते होवे। और तीसरा जिन्हां परिवारां दे विच्चों जी चले गए, ठीक नहीं हो सके, मौत हो गई जिन्हां दी, उन्हां परिवारां नूं घट्टो घट 10 लाख रुपया मुआवजा दिता जाए। असी 3 डिमांड्स लैके आए सी, अज असी जिहड़ी तीसरी डिमांड सी वी 10 लाख रुपये मुआवजा, कहिंदे गौरमेंट लैवल दी, असी समझदे आ उस गल नूं, गौरमेंट लैवल दी गल, लेकिन गौरमेंट तक पहुँचाउणी कहिंदे आ, इन्हां दी जिम्मेवारी बनदी आ, डीसी साहब दी जिम्मेवारी बनदी आ, डीसी साहब गौरमेंट दी इक एजेंसी आ, उह क्यों नहीं पहुँचा रहे। तो दूसरी गल आ वी अज असी जिहड़ा अंकड़ा दे के गए आ, इनू प्रशासन टाल मटोल दे विच ना पावे, ये सीरीयस मैटर आ। लोकां दे घरां दे हालात बड़े भैड़े हो चुके आ, जिन्हां घरां दे विच्चों कोई कमाउण वाला बीमार होया, उन्हां दी इनकम भी बंद हो गई ते उन्हां दा खर्च भी शुरू हो गया। ये देखो हालात जाके की आ। इस करके ये कहिंदे आ वी हुण असीं अंकड़ा मैच करांगे, ये अंकड़ा जिहड़ा सी ये SMO साहब दा सी, हुण मैनूं नहीं पता वी SMO साहब ने थलड़िआं तों किसी तों अंकड़ा लै लिया जां इन्हां ने इधरों लै लिया, ये सानूं पता नहीं हैगा। ये दसण कि जिहड़ा असी लैके दे के गए जे वह झूठ आ तां सानूं दस देण, असी सारा अंकड़ा जिहड़ा हैगा वो इन्हां नूं दे चले आ। इन्हां ने सानूं भरोसा दवाया कि असी 2-3 दिन जिहड़े हैगे आ त्यौहार दे ये लंघा के सोमवार तो असी जिहड़ा हैगा इहनूं बरीकी नाल जांच करके इहदा कोई ना कोई हल जरूर करांगे। फगवाड़ा तो यश शर्मा दी रिपोर्ट। फगवाड़ा दे विच आशू दी हट्टी दा खुल्ला चैलेंज, जित्थों तुहानूं मिलणगे शहर विच सब तो सस्ते रेट ते सूट लहंगे साड़ियां ते प्लाजो। आशू दी हट्टी दा इक ही वादा, तुहानूं मिलणगे वधिया क्वालिटी दे कपड़े, पर रेट नहीं होवेगा ज्यादा। एक बार विजिट जरूर करो आशू दी हट्टी, ऑपोजिट बस स्टैंड फगवाड़ा।